ਸ਼ਿਵ ਸੈਨਾ ਪ੍ਰਧਾਨ ਦੀ ਅਸ਼ਲੀਲ ਵੀਡੀਓ ਨੂੰ ਲੈ ਕੇ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ ਦੱਸਦੀ ਹੈ ਕਿ ਹੁਣ ਅਮਿਤ ਅਰੋੜਾ ਨੇ ਇਸ ਮੁੱਦੇ ਤੇ ਸਪਸ਼ਟੀਕਰਨ ਦਿੱਤਾ ਹੈ ਤੇ ਕਿਹਾ ਹੈ ਕਿ ਅਜਿਹੀ ਕੋਈ ਵੀਡੀਓ ਜਿਹੜੀ ਵਾਇਰਲ ਕੁਝ ਲੋਕਾਂ ਦੇ ਵੱਲੋਂ ਕੀਤੀ ਗਈ ਹੈ ਤੇ ਮੇਰਾ ਨਾਮ ਹੈ ਜਿਹੜਾ ਖਰਾਬ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਜਿਹੜੇ ਸਾਰੀ ਕੰਪਲੇਨ ਆ ਉਹ ਪੁਲਿਸ ਨੂੰ ਦਰਜ ਕਰਵਾ ਦਿੱਤੀ ਹੈ ਅਤੇ ਕਿਹਾ ਗਿਆ ਹੈ ਕਿ ਜੋ ਵੀ ਇਨਸਾਨ ਦੇ ਵੱਲੋਂ ਅਸ਼ਲੀਲ ਵੀਡੀਓ ਜਿਹੜੀ ਪਾਈ ਗਈ ਹੈ ਉਸ ਨੂੰ ਬਖਸ਼ਿਆ ਜਿਹੜਾ ਨਹੀਂ ਜਾਵੇਗਾ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਅਮਿਤ ਅਰੋੜਾ ਦਾ ਕੀ ਕਹਿਣਾ ਹੈ ਇਹ ਗੱਲ ਤਾਂ ਮੈਂ ਪੱਤਰਕਾਰ ਸਾਹਿਬ ਇੱਕ ਚੀਜ਼ ਕਹੂੰਗਾ ਕਿ ਵਿਦੇਸ਼ਾਂ 'ਚ ਬੈਠੇ ਜਿਹੜੇ ਖਾਲਸਤਾਨੀ ਅੱਤਵਾਦੀ ਜਾਂ ਪਾਕਿਸਤਾਨ 'ਚ ਆਈਐਸ ਦੇ ਅੱਤਵਾਦੀ ਉਹਨਾਂ ਨੂੰ ਸਪਨਿਆਂ ਦੇ ਵਿੱਚ ਕੋਈ ਚਿਹਰਾ ਨਜ਼ਰ ਆਂਦਾ 24 ਘੰਟੇ ਅੰਮ੍ਰਿਤੋੜਾ ਠੀਕ ਹੈ ਜੀ ਪਿਛੇ ਦਿਨੋਂ ਪਿਛਲੇ ਤੁਹਾਨੂੰ ਦੇਖਿਆ ਕਿ ਅੰਮ੍ਰਿਤੋੜਾ ਦੀ ਇੱਕ ਵੀਡੀਓ ਵਾਇਰਲ ਕੀਤੀ ਚਿੱਟੇ ਦੇ ਨਾਲ ਕਿ ਅੰਮ੍ਰਿਤੋੜਾ ਫੜਿਆ ਗਿਆ ਚਿੱਟੇ ਦੇ ਨਾਲ ਮਤਲਬ ਉਸ ਗੱਲ ਦਾ ਤੁਸੀਂ ਦੇਖੋਗੇ ਮੇਰੇ ਦਿਲ 'ਚ ਕਿੰਨਾ ਦੁੱਖ ਲੱਗਾ ਹੋਊਗਾ ਤੁਸੀਂ ਅੱਜ ਮੈਨੂੰ ਸਵਾਲ ਪੁੱਛ ਲਿਆ ਕਿ ਅੰਮ੍ਰਿਤੋੜਾ ਇੱਕ ਤੇਰੀ ਅਸ਼ਲੀਲ ਵੀਡੀਓ ਵਾਇਰਲ ਹੋ ਰਹੀ ਹੈ ਅੰਮ੍ਰਿਤੋੜਾ ਇੱਕ ਜਿਹੜੇ ਵੀ ਲੋਕ ਵਿਦੇਸ਼ਾਂ 'ਚ ਬੈਠ ਕੇ ਜਾਂ ਕੁਝ ਵੀ ਸ਼ਰਾਰਤੀ ਆਂਸਰ ਜਿੱਥੇ ਹੀ ਬੈਠੇ ਨੇ ਇਹ ਜਿਹੜੇ ਵੀ ਮਾਹੌਲ ਖਰਾਬ ਕਰਨ ਦੀ ਗੱਲਾਂ ਕਰਦੇ ਪਏ ਨੇ ਜਾਣ-ਜਾਣ ਕੇ ਮੇਰੀ ਵੀਡੀਓ ਬਾਰੇ ਇੱਕ ਵੀਡੀਓ ਕਾ ਕਹਿੰਦੇ ਨਾ ਅੰਮੀ ਥੋੜੀ ਵੀਡੀਓ ਬਰਲ ਰਹੀ ਅੰਮੀ ਥੋੜੀ ਵੀਡੀਓ ਬਰਲ ਰਹੀ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਮੇਰੀ ਕੋਈ ਵੀਡੀਓ ਨਹੀਂ ਹੈਗੀ ਠੀਕ ਹੈ ਜੀ ਜਿਹੜਾ ਵੀ ਮੇਰਾ ਨਾਮ ਲਿਖ ਕੇ ਕੋਈ ਵੀ ਕੋਈ ਗਲਤ ਚੀਜ਼ ਪਾਊਗਾ ਉਹ ਬਖਸ਼ਿਆ ਨਹੀਂ ਜਾਊਗਾ ਮੇਰਾ ਸਾਫ਼ ਤੌਰ ਤੇ ਇਹਨਾਂ ਨੂੰ ਮੈਂ ਠੋਕ ਕੇ ਕਹਿਣਾ ਕਿ ਮੈਂ ਛੱਡੂਗਾ ਨਹੀਂ ਕਾਨੂੰਨੀ ਕਾਰਵਾਈ ਕਰਵਾਊਗਾ ਜਿਹੜਾ ਵੀ ਮੇਰਾ ਗਲਤ ਆਂਸਰ ਕੋਈ ਡਾਊਨਲੋਡ ਕਰਕੇ ਜਾਂ ਕੁਝ ਵੀ ਪਾਊਗਾ ਜਦ ਕਿ ਮੇਰੀ ਵੀਡੀਓ ਹੈ ਨਹੀਂ ਕੋਈ ਵੀ ਸ਼ਰਾਰਤੀ ਆਂਸਰ ਪਾਊਗਾ ਮੈਂ ਮੁਕਦਮਾ ਦਰਜ ਕਰਵਾ ਕੇ ਰਹਾਂਗਾ ਤੇ ਇਹਦੀ ਤੁਸੀਂ ਕੰਪਲੀਟ ਦਰਜ ਕਰਵਾਈ ਹੈ ਫਿਲਹਾਲ ਕੱਲ ਮੈਂ ਸਰ ਨਾਲ ਪਹਿਲਾਂ ਮੈਨੂੰ ਕੱਲ ਤੋਂ 2-3 ਮਹੀਨੇ ਬੰਦਿਆ ਦੇ ਫੋਨ ਆਏ ਅੱਜ ਮੈਨੂੰ ਬਹੁਤ ਜ਼ਿਆਦਾ ਫੋਨ ਆਏ ਆ ਕਿ ਐਦਾ ਦੱਸ ਰੋੜਾ ਹੀ ਤੁਹਾਡੀ ਇੱਕ ਵੀਡੀਓ ਵਰ ਲੋਰੀ ਮੈਂ ਕਹਾ ਮੇਰੀ ਕੋਈ ਵੀਡੀਓ ਹੀ ਨਹੀਂ ਹੈਗੀ ਇਹੀ ਪੱਤਰਕਾਰ ਭਾਈ ਚੜਦੇ ਕਿੰਨੇ ਲੋਕ ਪੁੱਛ ਰਹੇ ਆ ਮੈਂ ਕਹਾ ਮੇਰੀ ਵੀਡੀਓ ਕੋਈ ਨਹੀਂ ਹੈਗੀ ਤੁਸੀਂ ਇਹ ਸਵਾਲ ਮੈਨੂੰ ਇਸ ਬਾਰੇ ਨਾ ਕਰੋ ਠੀਕ ਹੈ ਪਹਿਲੀ ਗੱਲ ਤੁਹਾਡਾ ਸਵਾਲ ਕਰਨਾ ਨਹੀਂ ਬੰਦਾ ਇਸ ਚੀਜ਼ ਤੇ ਜੇ ਤੁਸੀਂ ਸਵਾਲ ਕਰਨ ਆਏ ਹੋ ਸਪਸ਼ਟੀਕਰਨ ਮੇਰਾ ਸੁਣ ਲਓ ਕਿ ਮੇਰੀ ਵੀਡੀਓ ਨਹੀਂ ਹੈਗੀ ਮੈਂ ਆਪਣੀ ਪਿਛਲੀ ਕੰਪਲੇਂਟ ਵੀ 1.5 ਮਹੀਨਾ ਪਹਿਲਾਂ ਦਿੱਤੀ ਹੋਈ ਹੈ ਹਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਹੁਣ ਵੀ ਮੈਂ ਜਾ ਕੇ ਕੰਪਲੇਂਟ ਦੇ ਕੇ ਕੱਲ ਜ਼ਰੂਰ ਆਉਂਗਾ ਕਿ ਮਾਨਯੋਗ ਸੀਪੀ ਸਾਹਿਬ ਨੂੰ ਕਹੂੰਗਾ ਕਿ ਜਿਹੜੇ ਵੀ ਸ਼ਰਾਰਤੀ ਅਨਸਰ ਨੇ ਜਾਣ ਕੇ ਮੇਰਾ ਨਾਮ ਅਟੈਚ ਕਰ ਰਹੇ ਨੇ ਮੇਰੀ ਛਵੀ ਖਰਾਬ ਕਰ ਰਹੇ ਨੇ ਉਹਨਾਂ ਤੇ ਮੁਕੱਦਮਾ ਦਰਜ ਕੀਤਾ ਜਾਵੇ ਮੈਂ ਚੁੱਪ ਨਹੀਂ ਰ੍ਹਾਂਗਾ ਮੈਂ ਸਾਫ਼ ਤੌਰ ਤੇ ਕਹਿੰਦਾ ਮੈਂ ਬਿਲਕੁਲ ਚੁੱਪ ਨਹੀਂ ਰ੍ਹਾਂਗਾ ਕਿਉਂਕਿ ਕੁਛੜਾਰਤੀ ਅਨਸਰ ਜਾਣ ਕੇ ਚਾਹਦੇ ਨੇ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਪਹਿਲੀ ਗੱਲ ਮੈਂ ਇਹ ਕਹਿੰਦਾ ਨਾ ਵਕੀ ਪੁਲਿਸ ਕਾਰਵਾਈ ਕਰਦੀ ਕਿਉਂ ਨਹੀਂ ਹੈਗੀ ਮੇਰਾ ਇੱਕ ਜਾਣਿਆ ਪਛਾਣਿਆ ਚਿਹਰਾ ਪੰਜਾਬ ਦੇ ਵਿੱਚ ਵਰਲਡ ਦੇ ਵਿੱਚ ਦੇਖੋ ਕਿ ਮੈਂ ਪੰਜਾਬ ਵਰਲਡ ਦੇ ਜਾਣਿਆ ਪਛਾਣਿਆ ਚਿਹਰਾ ਹੋਵੇ ਔਰ ਮੈਨੂੰ ਸਪਸ਼ਟੀਕਰਨ ਦੇਣਾ ਪੈਂਦਾ ਪਿਆ ਹੋਵੇ ਪੁਲਿਸ ਕਾਰਵਾਈ ਨਹੀਂ ਕਰਦੀ ਵੀ ਮੈਂ ਕਿੰਨੇ ਲਿੰਕ ਭੇਜਤੇ ਹਜੇ ਤੱਕ ਤੁਸੀਂ ਦੇਖੋ ਕਿ ਕੋਈ ਕਾਰਵਾਈ ਨਹੀਂ ਹੋਈ ਤੇ ਮੈਂ ਕਿਉਂ ਨਹੀਂ ਬੋਲੂਗਾ ਜੀ ਮੈਂ ਕਿਉਂ ਨਹੀਂ ਅਸਲੀ ਮੈਂ ਕਾਰਵਾਈ ਲਈ ਮੈਨੂੰ ਇੱਕੋ ਹੀ ਪਤਾ ਹੈ ਕਿ ਮੈਨੂੰ ਧਰਨਾ ਲਾਣਾ ਪਊਗਾ ਔਰ ਅੰਮ੍ਰਿਤ ਰੋੜਾ ਧਰਨੇ ਤੇ ਬੈਠੂਗਾ ਚੁੱਪ ਨਹੀਂ ਰੂਗਾ ਜਿਹੜਾ ਵੀ ਮੇਰੇ ਗਲਤ ਅਨਸਰ ਕੋਈ ਮੇਰੀ ਵੀਡੀਓ ਗਲਤ ਅਪਲੋਡ ਕਰੇਗਾ ਜੋ ਕੁਝ ਵੀ ਹੈ ਮੈਂ ਕਹਣਾ ਕਿ ਕੁਝ ਵੀ ਮੇਰੇ ਨਾਮ ਦੀ ਛਵੀ ਖਰਾਬ ਕਰੂਗਾ ਉਹ ਬਖਸ਼ਿਆ ਨਹੀਂ ਜਾਊਗਾ